ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ, ਮੈਂ ਅਰਬਾਜ਼ ਅਕਰਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੇਰਾ ਨਾਮ ਹੈ ਮਾਹਰ ਅਬਾਸ। ਮੈਂ ਮੁਹੰਮਦ ਹਸਨੈਨ। ਤੇਰੀ ਵਾਰ ਮੈਂ ਮੁਹੰਮਦ ਉਸਮਾਨ। ਤੁਹਾਡੀ ਖਿਦਮਤ ਵਿੱਚ ਸਾਰੇ ਜਣੇ ਹਾਜ਼ਰ ਹਾਂ ਨਵੇਂ ਵਲੌਗ ਦੇ ਨਾਲ। ਤੇਰੀ ਵਾਰ ਦੇ ਵਲੌਗ ਨਾਲ ਬੜਾ ਦਿਲਚਸਪ ਹੋਣ ਵਾਲਾ ਹੈ। ਇਸ ਵਜ੍ਹਾ ਨਾਲ ਕਿ ਅਸਾਂ ਤਕਰੀਬਨ 5 ਕਿਲੋਮੀਟਰ ਨਾਲ ਸਫ਼ਰ ਕਰਦੇ ਆਏ ਉਹਦੇ ਆਪਾਂ ਆਪਦੇ ਕਜ਼ਨ ਹੋਰਾਂ ਦੇ ਘਰ। ਬੜੀਆਂ ਇਹ ਸਾਨੂੰ ਕਾਲਾਂ ਕਰੀ ਦੇਣ ਕਿ ਯਾਰ ਤੁਸੀਂ ਆਉਂਦੇ ਨਹੀਂ ਵੇ। ਕਮ ਅਜ਼ ਕਮ ਇਸ ਜਗ੍ਹਾ 'ਤੇ ਨਾ ਮੇਰੇ ਦੇਖਣ ਦਾ ਤਕਰੀਬਨ 10 ਸਾਲ ਬਾਅਦ ਇੱਥੇ ਫਿਰ ਆਇਆ ਖੜੋ ਸਾਂ। ਅਤੇ ਵੀ ਵਾਰ ਦੇ ਨਾਲ ਗਾਈਆਂ ਦਾ ਸਾਂ ਟ੍ਰੀਟਮੈਂਟ ਕਰਨਾ ਚੱਲਦੇ ਹੁਣ ਤਾਂ ਤੁਹਾਨੂੰ ਗਾਈਆਂ ਨਹੀਂ ਕਹਿੰਦੇ ਆ ਤਾਂ ਉਹਦਾ ਟ੍ਰੀਟਮੈਂਟ ਕਰਨੇ ਆ। ਅਤੇ ਨਾਲ ਜਿਹੜਾ ਖਾ ਰਹੇ ਪਏ ਨਾ ਲੋਕੇਸ਼ਨ ਮਾਸ਼ਾਅੱਲਾ ਬੜੀ ਪਿਆਰੀ ਹੈ ਪਈ ਤਾਂ ਉਹ ਵੀ ਤੁਹਾਨੂੰ ਚੱਲ ਪਏ ਵੀ ਨਾ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੋਏ ਖੜੇ ਅਤੇ ਹੁਣ ਹਾਂ ਬਾਅਦ ਟ੍ਰੀਟਮੈਂਟ ਆਉਂਦਾ ਪਿਆ ਇਨਸ਼ਾਅੱਲਾ। ਜਿਵੇਂ ਬੱਚੇਦਾਨੀ ਅੰਦਰ ਦਵਾਈ ਰੱਖੀ ਨਹੀਂ ਪਈ ਨਾ ਇਨਸ਼ਾਅੱਲਾ ਮਹੀਨੇ ਦੇ ਵਿੱਚ ਵੀ ਮਹੀਨਾ ਨਾ ਸਹੀ ਝਾਲਿਆਂ ਦੇ ਵਿੱਚ ਵੀ ਇਨਸ਼ਾਅੱਲਾ ਇਹ ਹੀਟ ਦੇ ਵਿੱਚ ਆ ਗਏ। ਦੇਖ ਸਕਦੇ ਪਿੱਛੋ ਬੈਕ ਸਾਈਡ ਤੇ ਕਿਤਨਾ ਪਿਆਰਾ ਮਾਹੌਲ ਹੈ ਮਾਸ਼ਾਅੱਲਾ। ਬਿਲਕੁਲ ਦਿਹਾਤੀ ਮਨਾਜ਼ਰ ਹੁੰਦੇ ਨੇ। ਇਹ ਦੇਖ ਸਕਦੇ ਨਾਲ ਭੇਡਾਂ ਵਗੈਰਾ ਵੀ ਖੜੀਆਂ ਜਿਵੇਂ ਕਿ ਦਿਹਾਤ ਦੇ ਵਿੱਚ ਹੁੰਦੇ ਆ ਅਤੇ ਛੋਟੇ ਭਾਈ ਵੀ ਖੜੇ ਅਤੇ ਦੇਖ ਲਓ ਉੱਥੇ ਥੋੜ੍ਹਾ ਸਮੋਗ ਹੈ ਸਹੀ ਲੇਕਿਨ ਮਾਹੌਲ ਬੇਹੱਦ ਪਿਆਰਾ। ਤੁਹਾਨੂੰ ਮਜ਼ੀਦ ਅੱਗੇ ਨਿਖਾਣੇ ਹੈ ਇੱਥੇ ਨਾਲ ਖਾਲਾ ਵੀ ਮਹਿਮਾਨ ਦਾ ਪਿਓ ਤੁਹਾਨੂੰ ਦਿਖਾਣੇ ਪਿਓ ਵਾਰੀ ਖਿਆਤ ਨਾ ਇੱਕ ਬੰਦੇ ਨੂੰ ਨਾ ਇੱਕ ਦਿੱਲੀ ਸਕੂਨ ਮਿਲਦਾ। ਮਤਲਬ ਕਿ ਬੰਦਾ ਅਗਰ ਦਿਮਾਗੀ ਲਿਹਾਜ਼ ਨਾਲ ਥੋੜ੍ਹਾ ਜਿਹਾ ਤਣਾਅ ਦਾ ਸ਼ਿਕਾਰ ਹੈ ਤਾਂ ਬੰਦਾ ਦਿਹਾਤ ਦਰ ਮੂੰਹ ਕਰੇ ਤਾਂ ਕਿ ਬੰਦੇ ਨਾ ਦਿੱਲੀ ਸਕੂਨ ਮਿਲੇ, ਦਿਮਾਗੀ ਸਕੂਨ ਮਿਲੇ। ਅਤੇ ਤੁਸੀਂ ਦੇਖ ਸਕਦੇ ਹੋ ਕਿਤਨਾ ਮਾਸ਼ਾਅੱਲਾ ਬਿਲਕੁਲ ਜਾਤੀ ਜਿਵੇਂ ਮਾਹੌਲ ਹੁੰਦਾ ਉਵੇਂ ਬਿਲਕੁਲ ਔਰ ਸਬਜ਼ਾ ਹੀ ਸਬਜ਼ਾ ਹਰ ਤਰ੍ਹਾਂ। ਵਿਊਵਰ ਇਹ ਜਿਹੜੀ ਟਵੈਲ ਹੈ ਪਈ ਤਾਂ ਬਚਪਨ ਵਿੱਚ ਇਸ ਮਦਰਸੇ ਯਾਦ ਪੜ੍ਹਦਿਆ ਸੀ ਸਾਡੀ ਫੁੱਫੋ ਦਾ ਘਰ ਹੀ ਇਹ ਪਈ ਆ ਅਤੇ ਇੱਥੇ ਗਿਰ ਜਿਹੜੇ ਅਸਾਂ ਆਉਣ ਨਾਲ ਸਾਨੂੰ ਆਪਦਾ ਬਚਪਨ ਯਾਦ ਆਉਂਦਾ ਹੈ। ਇਸ ਟਵੈਲ ਇਹ ਅਸੀਂ ਬੜਾ ਜਾਂਦੇ ਹਾਂ ਅਸੀਂ ਮਦਰਸੇ ਹੀ ਪੜ੍ਹਦੇ ਅਤੇ ਇੱਥੇ ਆਉਂਦੇ ਅਸੀਂ ਸਾਰੀ ਇੱਥੇ ਗਿਰ ਡੇਲੀ ਡਿਊਟੀ ਹੁੰਦੀ ਹੈ ਅਸੀਂ ਇੱਥੇ ਆਉਣਾ ਇੱਥੇ ਆਪਦੇ ਦਾ ਦੋ ਅਤੇ ਇੱਥੇ ਆਪਦੇ ਵੱਲ ਖੇਡਣਾ। ਮਤਲਬ ਕਿ ਇਹ ਜਿਹੜਾ ਮੈਲਸੀ ਸਿਟੀ ਦਾ ਇਹ ਵਾਹਿਦ ਗਾਓਂ ਹੈ ਪੀ ਹੈ ਜਿਹੜਾ ਇਤਨਾ ਖੂਬਸੂਰਤ ਅਤੇ ਸਭ ਦੇ ਦਿਲ ਯਾਦ ਨਾਲ ਹੀ ਅਤੇ ਸਕੂਨ ਇੱਥੇ ਗਿਰ ਬੜਾ ਹੈ। ਜਿਹੜਾ ਸਾਡਾ ਗਾਓਂ ਹੈ ਮਤਲਬ ਕਿ ਉੱਡੇ ਸ਼ੋਰ ਸ਼ਰਾਬਾ ਥੋੜ੍ਹਾ ਸ਼ਹਿਰੀ ਟਾਈਪ ਹੋ ਜਾਂਦਾ ਲੇਕਿਨ ਇਹ ਐਸਾ ਗਾਓਂ ਹੈ ਪੀ ਹੈ ਮਤਲਬ ਕਿ ਇਹ ਖੂਹ ਟਾਈਪ ਹੈ ਵੀ ਆ ਬਈ ਕੋਈ ਇੱਥੇ ਘਰ ਖੜ੍ਹਾ ਕੋਈ ਉੱਥੇ ਖੜ੍ਹਾ ਮਤਲਬ ਕਿ ਵੀ ਆਈ ਪੀ ਸਕੂਨ ਦਾ ਇਹ ਮਾਹੌਲ ਹੈ। ਹੁਣ ਉਹ ਤੁਹਾਨੂੰ ਇਹ ਦਿਖਾਉਣੀ ਹੈ ਖਾਲਾ ਦਿਖਾਉਣੀ ਹੈ ਜਿਹੜਾ ਨਹਿਰ ਦੇ ਵਿੱਚੋਂ ਨਿਕਲ ਕੇ ਆਉਂਦਾ ਪਈ ਹੈ ਜਿਹੜਾ ਟਵੈਲ ਬੰਦ ਹੋਵੇ ਅਸੀਂ ਖਾਲੇ ਜਾਂਦੇ ਆ ਅਤੇ ਵਿਊਵਰ ਇਹ ਦੇਖੋ ਇਹ ਨਹਿਰ ਦੇ ਵਿੱਚੋਂ ਨਿਕਲਦਾ ਪਿਆ ਖਾਲਾ ਅਤੇ ਇਹਦੇ ਦੇਖ ਲਓ ਤੁਹਾਨੂੰ ਇੱਕ ਦਿਖਾਉਣੀ ਹੈ ਚੋਰੀ ਜਿਹੜਾ ਬੰਦਾ ਚੋਰੀ ਪਾਣੀ ਮਤਲਬ ਕਿ ਚੋਰੀ ਜੀਤੀ ਖੜਿਆ ਪਾਣੀ। ਵਿਊਵਰ ਇਹ ਦੇਖੋ ਇਹ ਤੱਲੂ ਨਹਿਰ ਦਾ ਪਾਣੀ ਆਉਂਦਾ ਪਿਆ ਪਾਣੀ
ਨਿੰਬੂ, ਇਹ ਦੇਖੋ ਵੀ ਉਹ ਬਾਰੇ ਨਿੰਬੂ ਪੱਟਣ ਰਹਿੰਦਾ ਪਿਆ, ਅਤੇ ਉੱਤੋਂ ਤੁਹਾਨੂੰ ਦਿਖਾਉਣਾ ਚਾਹੇ ਪਿਆ ਜੰਮੂ ਦੇ ਦਰਖਤ ਪਿਆ, ਮਤਲਬ ਕਿ ਅਤੇ ਉਹਦੇ ਨਾਲ ਖੜ੍ਹਾ ਹੈ ਆੜੂਆਂ ਦਾ ਦਰਖਤ ਹੈ ਸਾਹਮਣੇ, ਅਤੇ ਇੱਥੋਂ ਫਿਰ ਮਤਲਬ ਕਿ ਮਾਹੌਲ ਇਹਦੇ ਦੇਖ ਲਓ ਵੀ ਉਬਰ, ਇਹ ਨਿੰਬੂ ਪੱਟ ਹੈ ਬੜਾ ਖੂਬਸੂਰਤ ਹੈ ਪਿਆ, ਅਤੇ ਇਹਦੇ ਸਾਹਮਣੇ ਖੜ੍ਹੇ ਨੇ ਸੱਜੂ ਹੋਰੀ, ਇਹ ਅਰਬਾਜ਼ ਖੜ੍ਹਾ ਅਰਬਾਜ਼ ਕੋਲ ਪੁੱਛਦੇ ਹਾਂ ਇਹਨੂੰ ਇੱਥੇ ਆ ਅਤੇ ਕੈਸਾ ਫੀਲ ਹੋਇਆ? ਮੈਨੂੰ ਇੱਥੇ ਆ ਕੇ ਇਵੇਂ ਫੀਲ ਹੋਇਆ ਵੀ ਜਿਵੇਂ ਮੈਂ ਨਿਹਰਾਨ ਕਗਾਨ ਆਇਆ ਵਾ ਦੋਵੇਂ ਇਵੇਂ ਨਿਹਰਾਨ ਕਗਾਨ ਇਹ ਗੱਲ ਆ ਕੇ ਠੀਕ ਹਾਂ ਵਾਕਈ ਮੈਂ ਗੱਲ ਵੀ ਪਰ ਤੁਸੀਂ ਸਭ ਜ਼ਿਆਦਾ ਦੇਖ ਸਕਦੇ ਵੇ ਤੁਹਾਡੇ ਸਾਹਮਣੇ ਹੀ ਬਿਲਕੁਲ। ਹਾਂ ਬਈ ਹਾਫਿਜ਼ ਸਾਹਿਬ ਤੁਸੀਂ ਕੀ ਆਖਣਾ ਚਾਹੁੰਦਾ ਵੇ? ਜਨਾਬ ਸਾਡੇ ਕਜ਼ਨ ਨੇ ਪਰ ਮਾਸ਼ਾਅੱਲਾ ਇਹ ਬੜੀ ਮਿਹਨਤ ਕਰ ਰਹੇ ਨੇ, ਲੋਕ ਮਾਸ਼ਾਅੱਲਾ ਜਗ੍ਹਾ ਜਗ੍ਹਾ ਤੇ ਬਣਾ ਰਹੇ ਨੇ ਦੋਸਤਾਂ ਦੇ ਮਗਰ, ਦੋਸਤਾਂ ਨੂੰ ਹਸਾਉਣ ਵਾਸਤੇ ਜੀ ਜੀ, ਇਹਨਾਂ ਦਾ ਟਾਈਮ ਵੀ ਪਾਸ ਹੁੰਦਾ ਰਹੇ, ਇਹਨਾਂ ਨੂੰ ਰਾਜ ਤੇ ਸਪੋਰਟ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਇਹਨਾਂ ਨੂੰ ਲਾਜ਼ਮੀ ਸਪੋਰਟ ਕਰੋ ਤਾਂ ਕਿ ਬੜੀ ਮਿਹਰਬਾਨੀ ਹਾਫਿਜ਼ ਸਾਹਿਬ। ਕੋਈ ਮਸਲਾ ਤੇ ਇਹ ਉਸਮਾਨ ਹੋਰੀ ਖੜੇ ਨੇ ਬੜੀਆਂ ਚਾਹ ਚਾਹ ਹੋ ਗਈ ਚਲੋ ਬਾਏ।